ਸੱਤੇ ਦਾਰ ਨਜ਼ਾਰੇ ਗਰੀਬਾ ਜੋਨ ਸੱਤੇ ਦਾਰ ਨਜ਼ਾਰੇ ਸ੍ਰੀ ਗੁਰੂ ਸੰਸਾਰ ਸਤਿਆ ਰਹਿਣ ਮਹਾਰਾਜ ਗੁਰਸਿੱਖ ਪਾਤੇ ਜਿਗਰਗਾ ਗੈ ਮੁੰਡਾ ਹਰਮਨ ਵਜਿਆ ਬੋਲੇ ਅੰਮ੍ਰਿਤ ਪਾਣੀ ਕਰੇ ਨਾਮ ਤੋਂ ਤੱਕ ਪਾਏ ਮੈਨੂੰ ਮੰਦਨ ਹਰ ਲਗਲਾ ਗੁਰੂ ਚਾਲਕ ਰਹਿਣ ਮਹਾਰਾਜ ਮਾਤਾ ਕੇ ਗੁਰੂ ਨੇ ਸੰਸਾਰ ਕਰੇ ਮਨੋ ਜਾਰੀ ਮਨੋ ਗੌਰ ਸਾਰੀ ਵਰਗਾ ਕਹੇ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ ਇਹ ਸ੍ਰੀ ਰਾਮ ਮੇਰਿਆ ਇਹ ਜਗ ਮੇ ਆਈ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸ੍ਰੀ ਰਾਮ ਜਗ ਜਗ ਮੇ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਫੂਲ ਮਿਲ ਗਿਆ ਪਾਇਆ ਹਰ ਤੁਮੈ ਦੂਤਰੀ ਹਰ ਬਿਨਿ ਹੁਰ ਨ ਦੇਖੋ ਕੋਈ ਹਰ ਬਿਨਿ ਹੁਰ ਨ ਦੇਖੋ ਕੋਈ ਨਦੀ ਹਰ ਬਿਨਿ ਹਰ ਲਿਆ ਇਹੋ ਮੇਰੇ ਸੰਸਾਰ ਸੁਰਤ ਦੇਖ ਰਹੇ ਗੁਰੂ ਹਰ ਕਾ ਰੂਪ ਹੈ ਰੂਪ ਨਦੀ ਆਇਆ ਗੁਰ ਪ੍ਰਸਾਦੀ ਪੂਜੀ ਰਾਜਾ ਵੇਖਾਂ ਹਾਲ ਇੱਕ ਹੈ ਹਰ ਬਿਨਿ ਹੁਰ ਨ ਕੋਈ ਕਹੇ ਨਾਨਕ ਇਹ ਜੀ ਬ੍ਰਹਮ ਸੇ ਸਤਿਗੁਰੁ ਜੀ ਜਿਮ ਜਰੇ ਜਹਾਈ ਇਹ ਸਰਬਣੋ ਮੇਰੇ ਨੂੰ ਸਾਚੇ ਸੁਣੇ ਨੂੰ ਪਠਾਏ ਸਾਚੇ ਸੁਣੇ ਨੂੰ ਪਠਾਏ ਸਰੀਰ ਲਾਏ ਆ
ਜਿਹਦੇ ਬਾਬਤ ਬੜੀ ਬੜੀ ਸਾਨੂੰ ਉਪਦੇਸ਼ ਹੋਇਆ ਹੈ, ਗਿਆਨ ਮਿਲਿਆ ਹੈ। ਕਿਉਂਕਿ ਜਿੰਨਾ ਚਿਰ ਆਪਾਂ ਜਿਹੜਾ ਵੀ ਹੱਥਾਂ ਪੈਰਾਂ ਨਾਲ ਸਰੀਰ ਦੀ ਕਿਰਿਆ ਕਰਕੇ ਕੋਈ ਕੰਮ ਕਰਦੇ ਹਾਂ, ਜਿੰਨਾ ਚਿਰ ਉਹਦੇ ਵਿੱਚ ਸਾਡਾ ਮਨ ਨਹੀਂ ਲੱਗਦਾ, ਮਨ ਨਹੀਂ ਜੁੜਦਾ, ਉਹਨਾਂ ਚਿਰ ਉਹ ਕਾਰਜ ਜਿਹੜਾ ਹੈ ਸੰਪੂਰਨ ਨਹੀਂ ਹੁੰਦਾ। ਜਦੋਂ ਆਪਾਂ ਗੁਰੂ ਕੇ ਇਤਿਹਾਸ ਵਿੱਚੋਂ ਵੀ ਮਹਾਰਾਜ ਜੀ ਦੇ ਇਹ ਕੌਤਕ ਸੁਣਦੇ ਹਾਂ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦੂਸਰੀ ਵਾਰੀ ਸੁਲਤਾਨਪੁਰ ਮੋਦੀਖਾਨਾ ਚਲਾਉਂਦਿਆਂ ਹੋਇਆ ਹਿਸਾਬ ਹੋਇਆ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਲੇਖਾ ਜਿਹੜਾ ਸੀ ਉਹ ਵੱਧ ਨਿਕਲਿਆ। ਪਰ ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਹੁਣ ਸਮਾਂ ਆ ਗਿਆ ਹੈ, ਦੁਨੀਆਂ 'ਤੇ ਇਸ ਧਰਤੀ 'ਤੇ ਵਿਚਰ ਕੇ ਭੁੱਲੇ ਭਟਕੇ ਲੋਕਾਂ ਨੂੰ ਉਸ ਕਰਤਾਰ ਨਾਲ ਸੱਚ ਦੇ ਪੰਥ ਬਣਾਉਣ ਦਾ, ਮਹਾਰਾਜ ਸੱਚੇ ਪਾਤਸ਼ਾਹ ਉਦਮ ਸਿੰਘ ਲੇਖਾ ਹੋਣ ਤੋਂ ਬਾਅਦ ਸੁਲਤਾਨਪੁਰ ਦੇ ਸ਼ਮਸ਼ਾਨ ਘਾਟ ਵਿੱਚ ਜਾ ਕੇ ਡੇਰਾ ਲਾਇਆ, ਜਿਹਦੇ ਤੋਂ ਸੁਲਤਾਨਪੁਰ ਨਗਰੀ ਦੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ। ਕੁਝ ਲੋਕ ਦੌੜ ਕੇ ਬੇਬੇ ਨਾਨਕੀ ਜੀ ਦੇ ਕੋਲ ਵੀ ਗਏ, ਕੁਝ ਲੋਕ ਜਿਹੜੇ ਸਨ ਉਹ ਮਹਾਰਾਜ ਜੀ ਦੇ ਭਾਈਆ ਜੈਰਾਮ ਜੀ ਦੇ ਕੋਲ ਗਏ, ਵੀ ਦੱਸਿਆ ਗੁਰੂ ਨਾਨਕ ਸਾਹਿਬ ਸ਼ਮਸ਼ਾਨ ਘਾਟ ਕਬਰਸਤਾਨ ਦੇ ਵਿੱਚ ਜਾ ਕੇ ਚੌਂਕੜਾ ਲਾ ਕੇ ਬੈਠ ਗਏ ਨੇ, ਅਤੇ ਇਹ ਗੱਲ ਕਹਿ ਰਹੇ ਨੇ ਨਾ ਕੋ ਹਿੰਦੂ ਨਾ ਮੁਸਲਮਾਨ ਇਸ ਗੱਲ ਦੀ ਚਰਚਾ ਸੁਲਤਾਨਪੁਰ ਨਗਰੀ ਦੇ ਵਿੱਚ ਬਹੁਤ ਵੱਡੀ ਹੋ ਰਹੀ ਹੈ। ਇਹ ਗੱਲ ਚੱਲਦੀ ਚੱਲਦੀ ਜਿੱਥੇ ਹਿੰਦੂ ਪਾਂਡਿਆਂ ਦੇ ਕੰਨਾਂ ਵਿੱਚ ਪਈ, ਉੱਥੇ ਮੁਸਲਮਾਨ ਬਾਜੀਆਂ ਅਤੇ ਮਲਾੜੀਆਂ ਦੇ ਕੰਨਾਂ ਵਿੱਚ ਵੀ ਪਈ, ਅਤੇ ਸੁਲਤਾਨਪੁਰ ਦਾ ਸਭ ਤੋਂ ਵੱਡਾ ਕਾਜੀ ਜਿਹਨੇ ਨਵਾਬ ਨੂੰ ਜਾ ਕੇ ਕਿਹਾ ਕਿ ਤੁਹਾਡਾ ਮੋਦੀ ਕਾਰ ਇਹ ਗੱਲ ਕਹਿ ਰਿਹਾ ਹੈ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਉਹਦੇ ਨਾਲ ਸਾਨੂੰ ਨਿਰਣਾ ਕਰਨਾ ਚਾਹੀਦਾ ਹੈ ਅਤੇ ਕਰਨਾ ਵੀ ਤਰੀਕੇ ਨਾਲ ਹੋਵੇਗਾ ਕਿ ਆਪਾਂ ਇੱਦਾਂ ਕਰੀਏ ਕਿ ਜੇ ਇਹ ਗੱਲ ਕਹਿੰਦਾ ਹੈ ਤਾਂ ਆਪਾਂ ਉਹਨੂੰ ਇਹ ਕਹੀਏ ਵੀ ਜੇ ਵਾਕਿਆ ਹੀ ਇੱਦਾਂ ਹੈ ਕਿ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ ਕਿ ਸਾਰੇ ਇੱਕੋ ਹੀ ਨਹੀਂ,
ਫਿਰ ਸਾਡੇ ਨਾਲ ਚੱਲ ਕੇ ਮਸੀਤ ਵਿੱਚ ਮਸਜਿਦ ਵਿੱਚ ਨਮਾਜ਼ ਪੜ੍ਹੋ ਤੇ ਕਹਿੰਦੇ ਹੋ ਤੇ ਖੱਤਰੀਆਂ ਦਾ ਮੁੰਡਾ ਹੈ, ਹਿੰਦੂ ਹੈ, ਉਹਨੇ ਮਸਜਿਦ ਵਿੱਚ ਨਹੀਂ ਜਾਣਾ, ਉਹਨੇ ਨਮਾਜ਼ ਨਹੀਂ ਪੜ੍ਹਨੀ ਤੇ ਜੇ ਨਮਾਜ਼ ਪੜ੍ਹੇਗਾ ਤੇ ਆਪਾਂ ਇਹ ਸੁਨੇਹਾ ਦੇਵਾਂਗੇ ਵੀ ਦੇਖੋ ਜਿਸ ਨਾਨਕ ਸਾਹਿਬ ਦੀ ਇੰਨੀ ਵੱਡੀ ਵਡਿਆਈ ਹੈ ਉਹਨਾਂ ਨੇ ਵੀ ਹਿੰਦੂ ਹੁੰਦਿਆਂ ਹੋਇਆਂ ਇਸਲਾਮ ਨੂੰ ਹੀ ਸਰਮੌਰ ਰੱਖਿਆ ਹੈ ਤੇ ਅੱਜ ਮਸੀਤ ਵਿੱਚ ਜਾ ਕੇ ਉਹਨਾਂ ਨੇ ਵੀ ਕਲਮਾ ਪੜ੍ਹਿਆ ਹੈ, ਉਹਨਾਂ ਨੇ ਵੀ ਜਾ ਕੇ ਨਮਾਜ਼ ਪੜ੍ਹੀ ਹੈ। ਇਹਦੇ ਨਾਲ ਸਾਡਾ ਇਸਲਾਮ ਜਿਹੜਾ ਹੈ ਉਹ ਇਹਨਾਂ ਨਾਲੋਂ ਬਹੁਤ ਮਹਾਨ, ਇਹਨਾਂ ਦੇ ਰਾਹੀਂ ਵੀ ਸਿੱਧ ਹੋਵੇਗਾ। ਤੇ ਜਦੋਂ ਮਹਾਰਾਜ ਜੀ ਨੂੰ ਜਾ ਕੇ ਕਿਹਾ ਕਿ ਗੁਰੂ ਸਾਹਿਬ ਜਾਣੀ ਜਾਣ ਨਾਲ ਚੱਲ ਪਏ, ਹਾਂ ਕਰ ਦਿੱਤੀ। ਜਿਸ ਵੇਲੇ ਨਮਾਜ਼ ਪੜ੍ਹਨ ਲਈ ਕਾਜੀ ਨਵਾਬ ਦੋਵੇਂ ਮਹਾਰਾਜ ਨੂੰ ਲੈ ਕੇ ਮਸੀਤ ਵਿੱਚ ਖੜ੍ਹੇ ਨੇ, ਨਮਾਜ਼ ਸ਼ੁਰੂ ਹੋਈ ਤੇ ਮਹਾਰਾਜ ਸੱਚੇ ਪਾਤਸ਼ਾਹ ਅਡੋਰ ਖਲੋਤੇ ਰਹੇ। ਉਹਨਾਂ ਨੇ ਨਮਾਜ਼ ਪੜ੍ਹਦਿਆਂ ਪੜ੍ਹਦਿਆਂ ਜਿਹੜੀ ਸਰੀਰਕ ਕਿਰਿਆ ਕਰੀਦੀ ਹੈ ਦੋ ਚਾਰ ਵਾਰ ਧਰਤੀ 'ਤੇ ਮੱਥਾ ਟੇਕਦੇ ਨੇ। ਜਦੋਂ ਉਹਨਾਂ ਨੇ ਉਹ ਸਾਰੀ ਕਿਰਿਆ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਖਲੋਤੇ ਰਹੇ ਅਡੋਲ। ਜਿਹਦੇ ਤੋਂ ਪਤਾ ਲੱਗ ਗਿਆ ਕਿ ਗੁਰੂ ਨਾਨਕ ਸਾਹਿਬ ਨੇ ਨਮਾਜ਼ ਨਹੀਂ ਪੜ੍ਹੀ। ਕਾਜੀ ਮਨ ਵਿੱਚ ਹੀ ਸੋਚਦਾ ਹੈ ਕਿ ਬਸ ਨਮਾਜ਼ ਪੂਰੀ ਹੋ ਜਾਏ ਫਿਰ ਮੈਂ ਕਹਾਂਗਾ ਕਿ ਗੱਲਾਂ ਕਰਨੀਆਂ ਤੇ ਬੜੀਆਂ ਸੌਖੀਆਂ ਨੇ ਪਰ ਗੱਲਾਂ ਤੇ ਰਹਿਣਾ ਇਹ ਵੱਡਾ ਔਖਾ ਹੈ। ਤੁਸੀਂ ਇਹ ਤੇ ਕਿਹਾ ਕਿ ਸਾਡੇ ਵਾਸਤੇ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ, ਸਭ ਇੱਕ ਹੀ ਨੇ। ਸਾਡੇ ਵਿੱਚ ਮੰਦਰ ਤੇ ਮਸਜਿਦ ਦਾ ਕੋਈ ਫਰਕ ਨਹੀਂ ਹੈ, ਪਰ ਗੱਲ ਤੇ ਇਹੀ ਹੋਈ ਜੇ ਤੁਹਾਨੂੰ ਲੈ ਕੇ ਆਏ ਤੇ ਤੁਸੀਂ ਨਮਾਜ਼ ਤੇ ਪੜ੍ਹੀ ਨਹੀਂ ਸਾਡੇ ਨਾਲ। ਇੱਦਾਂ ਸੋਚਦਿਆਂ ਸੋਚਦਿਆਂ ਨਮਾਜ਼ ਅਦਾ ਹੋ ਗਈ, ਪੜ੍ਹੀ ਗਈ ਤੇ ਇੱਕਦਮ ਸਵਾਲ ਕੀਤਾ। ਜਦੋਂ ਪੁੱਛਿਆ ਤੇ ਮਹਾਰਾਜ ਜੀ ਨੇ ਕਿਹਾ ਕਾਜੀ ਸਾਨੂੰ ਤੁਸੀਂ ਆਪਣੇ ਨਾਲ ਨਮਾਜ਼ ਪੜ੍ਹਨ ਵਾਸਤੇ ਲੈ ਕੇ ਆਏ ਸੀ, ਤੁਸੀਂ ਕਿਹਾ ਸੀ ਕਿ ਆਓ ਸਾਡੇ ਨਾਲ ਨਮਾਜ਼ ਪੜ੍ਹੋ ਤੇ ਅਸੀਂ ਵੀ ਕਿਹਾ ਸੀ ਵੀ ਚਲੋ ਮੈਂ ਤੁਹਾਡੇ ਨਾਲ ਨਮਾਜ਼ ਪੜ੍ਹਦਾ ਤੇ ਕਾਜੀ ਕਹਿਣ ਲੱਗਾ ਫਿਰ ਪੜ੍ਹੀ ਕਿਉਂ ਨਹੀਂ? ਮਹਾਰਾਜ ਕਹਿਣ ਲੱਗੇ ਤੁਸੀਂ ਆਪ ਹੀ ਨਹੀਂ ਪੜ੍ਹੀ ਤੇ ਮੈਂ ਤੁਹਾਡੇ ਨਾਲ ਕੀ ਪੜ੍ਹਦਾ। ਬੜੇ ਹੈਰਾਨ ਹੋਏ, ਕਹਿਣ ਲੱਗੇ ਕੌਣ ਕਹਿੰਦਾ ਹੈ ਤੁਹਾਡੇ ਸਾਹਮਣੇ ਪੜ੍ਹੀ ਹੈ? ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਫਿਰ ਉਹਨਾਂ ਨੂੰ ਨਿਰੰਤਰ ਕੀਤਾ, ਕਹਿਣ ਲੱਗੇ ਕਾਜੀ ਜਦੋਂ ਨਮਾਜ਼ ਪੜ੍ਹਦਾ ਸੀ ਉਦੋਂ ਤੇਰਾ ਧਿਆਨ ਤੇਰਾ ਮਨ
ਤੇ ਤੇਰੇ ਘਰੇ ਸੀ ਕਿ ਘੋੜੀ ਨੇ ਵਛੇਰੀ ਦਿੱਤੀ ਹੈ ਤੇ ਵਛੇਰੀ ਕਿਤੇ ਖੂਹ ਚ ਨਾ ਡਿੱਗ ਪਵੇ, ਛੇਤੀ ਛੇਤੀ ਨਮਾਜ਼ ਪੂਰੀ ਹੋਵੇ ਤੇ ਮੈਂ ਜਾ ਕੇ ਵੇਖਾਂ ਬਚਾਵਾਂ ਬੰਨਾ ਜਾ ਕੇ। ਮਹਾਰਾਜ ਕਹਿਣ ਲੱਗੇ ਤੂੰ ਤੇ ਘਰੇ ਤੁਰਿਆ ਫਿਰਦਾ ਸੀ ਤੇ ਸਾਨੂੰ ਕਹਿੰਦਾ ਸੀ ਵੀ ਆਓ ਸਾਡੇ ਨਾਲ ਨਮਾਜ਼ ਪੜ੍ਹੋ, ਜਦੋਂ ਤੂੰ ਘਰੋਂ ਹੀ ਨਹੀਂ ਨਿਕਲਿਆ ਤੇ ਤੇਰੇ ਨਾਲ ਨਮਾਜ਼ ਕੀ ਪੜ੍ਹਦੇ। ਕਹਿਣ ਲੱਗਾ ਜੀ ਨਵਾਬ ਨਾਲ ਪੜ੍ਹ ਲੈਣੀ ਸੀ। ਮਹਾਰਾਜ ਕਹਿਣ ਲੱਗੇ ਤੇਰੇ ਨਾਲੋਂ ਵੀ ਗਾਂ, ਤੂੰ ਤੇ ਘਰੇ ਸੀ, ਇਹ ਤੇ ਗਜਨੀ ਦੇ ਬਾਜ਼ਾਰਾਂ ਚ ਤੁਰਿਆ ਫਿਰਦਾ ਸੀ। ਵੀ ਗਜਨੀ ਦੇ ਬਾਜ਼ਾਰਾਂ ਚ ਇਹਨਾਂ ਦਿਨਾਂ ਵਿੱਚ ਪਸ਼ੂਆਂ ਦਾ ਮੇਲਾ ਲੱਗਦਾ ਏ ਤੇ ਬੜੇ ਬੜੇ ਵਧੀਆ ਤੇ ਕੀਮਤੀ ਤੇ ਵਧੀਆ ਨਸਲ ਦੇ ਇਰਾਨ ਇਰਾਕ ਦੇ ਘੋੜੇ ਪਹੁੰਚੇ ਹੋਣੇ ਆ ਤੇ ਗਜਨੀ ਜਾਣਾ ਸੀ ਤੇ ਉੱਥੋਂ ਵਧੀਆ ਮੁੱਲ ਦੇ ਵਧੀਆ ਨਸਲ ਦੇ ਇਰਾਕੀ ਘੋੜੇ ਲੈ ਕੇ ਆਉਣੇ। ਮਹਾਰਾਜ ਕਹਿੰਦੇ ਤੂੰ ਘਰੇ ਤੁਰਿਆ ਫਿਰਦਾ ਸੀ ਤੇ ਗਜਨੀ ਦੇ ਬਾਜ਼ਾਰਾਂ ਚ ਘੋੜੇ ਵਹਿੰਦਾ ਫਿਰਦਾ ਸੀ ਤੇ ਸਤਿਗੁਰੂ ਆਖਣ ਲੱਗੇ ਅਸੀਂ ਫਿਰ ਨਮਾਜ਼ ਕਿਹਦੇ ਨਾਲ ਪੜ੍ਹਦੇ, ਤੁਸੀਂ ਤੇ ਕਹਿੰਦੇ ਸੀ ਸਾਡੇ ਨਾਲ ਪੜ੍ਹੋ, ਆਓ ਮਸੀਤੇ ਚੱਲੋ ਤੇ ਅਸੀਂ ਤੁਹਾਡੇ ਨਾਲ ਆ ਗਏ। ਪਰ ਇੱਕ ਗਜਨੀ ਚਲਿਆ ਗਿਆ, ਇੱਕ ਆਪਣੇ ਘਰੇ ਚਲਿਆ ਗਿਆ। ਦੋਵਾਂ ਨੇ ਨਮਸਕਾਰ ਕੀਤੀ ਮਹਾਰਾਜ ਜੀ ਦੇ ਚਰਨਾਂ ਚ, ਕਹਿਣ ਤੋਂ ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਵੀ ਜਦੋਂ ਤੁਸੀਂ ਉਸ ਮਾਲਕ ਦੀ ਇਬਾਦਤ ਕਰਦੇ ਹੋ, ਉਹਦੇ ਸਿਮਰਨ ਵਿੱਚ ਜੁੜਦੇ ਹੋ, ਉਹਦੀ ਬੰਦਗੀ ਵਿੱਚ ਜੁੜਦੇ ਹੋ ਤੇ ਮਹਾਰਾਜ ਕਹਿੰਦੇ ਹਿਰਦੈ ਨਾਮ ਵਸਾਏ ਹੋ, ਘਰ ਬੈਠੇ ਗੁਰੂ ਧਿਆਏ ਹੋ, ਗੁਰਪੂਰੈ ਸੱਚ ਕਹਿਆ ਸੋ ਸੁਖ ਸਾਚਾ ਲਿਆ। ਉਸ ਵੇਲੇ ਆਪਣੇ ਮਨ ਨੂੰ ਵੀ ਜੋੜ ਕੇ ਆਪਣੇ ਮਨ ਦੀ ਹਾਜ਼ਰੀ ਵੀ ਲਵਾਉਣੀ ਹੈ ਵੀ ਜੋ ਆਪਾਂ ਪੜ੍ਹ ਰਹੇ ਹਾਂ ਉਹਨੂੰ ਨਾਲ ਨਾਲ ਸੁਣਨਾ ਵੀ ਹੈ। ਸੁਣਿਆ ਉਹ ਵੀ ਜਾ ਸਕਦਾ ਹੈ ਜਿਹਦੇ 'ਚ ਤੁਹਾਡਾ ਮਨ ਵੀ ਨਾਲ ਲੱਗੇ। ਪੜ੍ਹਿਆ ਕੁਝ ਵੀ ਜਾ ਸਕਦਾ ਹੈ, ਕਿਹਾ ਕੁਝ ਵੀ ਜਾ ਸਕਦਾ ਹੈ, ਮਨ ਲੱਗਣ ਤੋਂ ਬਿਨਾਂ ਵੀ ਇਹ ਦੋਵੇਂ ਕੰਮ ਹੋ ਜਾਂਦੇ ਨੇ। ਕੇਵਲ ਸੁਣਨਾ ਹੈ, ਸੁਣਿਆ ਉਹ ਕੁਝ ਜਾਂਦਾ ਜਿਹਦੇ 'ਚ ਮਨ ਜੁੜੇ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦੀ ਬਾਣੀ ਅੰਦਰ ਜਿੱਥੇ ਸੁਣਨ ਦਾ ਬੜਾ ਵੱਡਾ ਮਹੱਤਵ ਹੋਰਨਾਂ ਪੰਕਤੀਆਂ ਵਿੱਚ ਉਚਾਰਨ ਕੀਤਾ ਹੈ, ਉੱਥੇ ਨਾਲ ਚਾਰ ਪੌੜੀਆਂ ਕੇਵਲ ਅਤੇ ਕੇਵਲ ਸੁਣਨ ਦੇ ਮਹੱਤਵ 'ਤੇ ਵੀ ਉਚਾਰਨ ਕੀਤੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪਵਿੱਤਰ ਸ਼ਬਦ ਦੁਆਰਾ ਮਨ ਕਰਕੇ ਜੁੜਨਾ, ਉਸ ਮਾਲਕ ਦੀ ਬੰਦਗੀ ਵਿੱਚ, ਉਸ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਇਹ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ। ਆਓ ਬੜੇ ਪਿਆਰ ਨਾਲ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆਲ, ਬੜੇ ਪਿਆਰ ਨਾਲ ਸਰਬ
ਪੂਰਾ ਮੇਰਾ ਨਾਮ।
ਕੇ
ਮੇਰਾ ਸਤਿਗੁਰ ਰਖਵਾਲਾ ਹੋਵਾ, ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ, ਹਰ ਗੋਬਿੰਦ ਨਮਾ ਨਰੋਆ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਉਸ ਪਰਮੇਸ਼ਰ ਜੀ ਦੀ ਮਹਾਨ ਵਡਿਆਈ ਇਸ ਪਵਿੱਤਰ ਸ਼ਬਦ ਵਿੱਚ ਮਹਾਰਾਜ ਕਰ ਰਹੇ ਨੇ ਅਤੇ ਸਾਡੇ ਸਾਰਿਆਂ ਦੇ ਹਿਰਦੇ ਨੂੰ ਪ੍ਰਵਾਸ ਦਿੰਦੇ ਨੇ, ਕਿਉਂਕਿ ਉਸ ਵਾਹਿਗੁਰੂ ਜੀ ਦੀ ਬਖਸ਼ਿਸ਼ ਦਾ ਆਨੰਦ ਮਾਣ ਲਈ ਸੋ ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ ਕਿ ਬਾਣੀ ਦੇ ਬਚਨ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਨਿਵਾਸ ਕਰਨ। ਸੇਵਕ ਪਰਿਵਾਰ ਭਾਈ ਹਰਿਮੰਦਰ ਸਿੰਘ ਜੀ, ਸਮੁੱਚੀਆਂ ਸੰਗਤਾਂ ਨੂੰ, ਭਾਈ ਹਰਪਾਲ ਸਿੰਘ, ਸਾਰੇ ਗੁਰਮੁਖ ਪਿਆਰੇ ਇਸੇ ਤਰ੍ਹਾਂ ਵਾਲੇ ਕਰਨ ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਆਪਾਂ ਮਹਾਰਾਜ ਜੀ ਦੀ ਬਾਣੀ ਦਾ ਆਨੰਦ ਮਾਣ ਰਹੇ ਨੇ। ਸੋ ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਮੰਦਿਰ ਭੁਲਾ ਲੋਕਾਂ ਦੀ ਸਮਾਨ ਪਾਓ। ਬਾਪੂ ਜੀ ਉਹਨਾਂ ਪਾਸੋਂ ਗੁਰ ਸਮਾਨ ਸਤਿਗੁਰੂ ਜੀ ਦੀ ਵਡਿਆਈ ਸਰਵ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।